ਜ਼ਿਲ੍ਹਾ ਤਰਨ ਤਾਰਨ ਵਿੱਚ ਗਾਂਧੀ ਪਾਰਕ ਵਿੱਚ ਨੌਜਵਾਨਾਂ ਨੇ ਇਕੱਠ ਕੀਤਾ, ਜਿਸ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਸ਼ੇ ਨੂੰ ਰੋਕਣ ਲਈ ਉਹ ਵੀ ਸਾਡਾ ਸਾਥ ਦੇਣ, ਤਾਂ ਵੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਭੇਡ ਨਾ ਚੜ੍ਹ ਸਕੇ। ਉਹਨਾਂ ਇਹ ਵੀ ਕਿਹਾ ਹੈ ਕਿ ਸਾਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਲੋੜ ਨਹੀਂ, ਇਹ ਸਭ ਕੁਛ ਅਸੀਂ ਨੌਜਵਾਨ ਮਿਲ ਕੇ ਕਰ ਰਹੇ ਹਾਂ। ਪੱਤਰਕਾਰ ਨਿਸ਼ਾਨ ਸਹੋਤਾ ਦੀ ਰਿਪੋਰਟ। ਇੱਥੇ ਇਕੱਠੇ ਹੋਏ ਮਤਲਬ ਕਿ ਸਿਲਸਿਲੇ 'ਚ ਹੋਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਰ ਜਾਦਾ ਸਮਰਾ, ਉਹਨੇ ਯੂਥ ਨੂੰ ਇਕੱਠਾ ਕੀਤਾ ਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਛੇਵਾਂ ਜਿਹੜਾ ਦਰਿਆ ਵਾ ਇਹ ਨਸ਼ਿਆਂ ਦਾ ਵਗ ਰਿਹਾ, ਅਤੇ ਉਸ ਦਰਿਆ ਨੂੰ ਕੰਟਰੋਲ ਕਰਨ ਲਈ, ਦੇਖੋ ਸਾਡਾ ਵਾ ਏਰੀਆ ਮਾਝਾ, ਅਤੇ ਮੱਝ ਏਰੀਏ ਦੇ ਵਿੱਚ ਸਭ ਤੋਂ ਵੱਧ ਜਿਹੜਾ ਨਸ਼ਾ ਵਾ ਉਹ ਵੇਚਿਆ ਵੀ ਜਾ ਰਿਹਾ, ਔਰ ਆਪਾਂ ਦੇਖਿਆ ਹੋਇਆ ਕਿੱਦਾਂ ਮਾਵਾਂ ਰੂੜੀਆਂ 'ਤੇ ਰੁਲ ਗਈਆਂ, ਜਿਨ੍ਹਾਂ ਦੇ ਪੁੱਤ ਜਿਹੜੇ ਨਹੀਂ ਰਹੇ ਘਰਾਂ ਦੇ ਘਰ ਉੱਜੜ ਗਏ ਆ। ਸੋ ਜਾਦੇ ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਯੂਥ ਨੂੰ ਇਕੱਠਿਆਂ ਕਰਕੇ, ਔਰ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਬਿਲਕੁਲ ਵੀ ਜਿੰਨੇ ਵੀ ਤੇ ਨੌਜਵਾਨ ਇਕੱਠੇ ਹੋਏ ਆ ਸਾਰਿਆਂ ਦਾ ਇਹ ਵਿਚਾਰ ਹੈ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ, ਪਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੀ ਜਿਹੜਾ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ, ਕਿਉਂਕਿ ਜਦੋਂ ਨਸ਼ੇ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਨਾ, ਤਾਂ ਆਪਣੇ ਆਪ ਨਸ਼ਾ ਲੈਣ ਵਾਲੇ ਕੰਟਰੋਲ ਕਰਨਗੇ, ਹੈ ਨਾ। ਅਤੇ ਬਸ ਇਹ ਆ ਕਿ ਬਹੁਤ ਵਧੀਆ ਉਪਰਾਲਾ ਵਾ ਨੌਜਵਾਨਾਂ ਦਾ, ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਾਦੇ ਵੀਰ ਦਾ ਸਾਥ ਦੇਣਾ ਚਾਹੀਦਾ, ਔਰ ਹੋਰ ਵੀ ਨੌਜਵਾਨ ਇਕੱਠੇ ਆ, ਕਿਉਂਕਿ ਜਦੋਂ ਕਿ ਨੌਜਵਾਨ ਕੋਈ ਚੰਗਾ ਕਦਮ ਪੁੱਟਦੇ ਆ ਤਾਂ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਨਾਲ ਮਿਲਾ ਕੇ ਚੱਲਣਾ ਚਾਹੀਦਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਨਸ਼ੇ ਦਾ ਜਿਹੜਾ ਛੇਵਾਂ ਦਰਿਆ ਵਗ ਰਿਹਾ ਸਾਡੇ ਪੰਜਾਬ 'ਚੋਂ, ਅਸੀਂ ਇਸ ਦਰਿਆ ਨੂੰ ਪੁੱਟ ਕੇ ਸਾਡੇ ਪੰਜਾਬ 'ਚੋਂ ਬਾਹਰ ਕੱਢ ਦਈਏ। ਇਹ ਪ੍ਰਸ਼ਾਸਨ ਨੂੰ ਤੁਸੀਂ ਕਿੱਦਾਂ ਨਾਲ ਲਓਗੇ? ਪ੍ਰਸ਼ਾਸਨ ਨੂੰ ਜਿਵੇਂ ਵੀ ਵਿਚਾਰ ਹੋਊਗਾ ਨੌਜਵਾਨ ਵੀਰਾਂ ਦਾ, ਉਸ ਹਿਸਾਬ ਨਾਲ ਜਿਵੇਂ ਕੋਈ ਲੈਟਰ ਲਿਖ ਕੇ ਜਾਂ ਕੋਈ ਲਿਖਤੀ ਹੋਊ SSP ਨੂੰ, DC ਨੂੰ ਜਾਂ ਮੌਜੂਦਾ SHO ਨੂੰ, ਜਿਵੇਂ ਦੀ ਵੀ ਕਾਰਵਾਈ ਹੋਵੇਗੀ ਉਸੇ ਤਰ੍ਹਾਂ ਰਲ ਮਿਲ ਕੇ ਕਿ ਬਿਲਕੁਲ ਨਾਲ ਪੁਲਿਸ ਨੂੰ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੀ ਕਾਰਵਾਈ ਕੀਤੀ ਜਾਵੇਗੀ ਕਿ ਜਿਹੜਾ ਜਿਹੜਾ ਬੰਦਾ ਵੇਚਦਾ ਉਹਦੇ ਤੱਕ ਪੁਲਿਸ ਪਹੁੰਚ ਕਰੇ, ਕਿ ਇਹ ਬੰਦਿਆਂ ਨੂੰ ਕਿਹਾ ਜਾਵੇ, ਵਾਰਨਿੰਗ ਦਿੱਤੀ ਜਾਵੇ ਕਿ ਤੁਸੀਂ ਇਹ ਕੰਮ ਨਾ ਕਰੋ, ਮਾਵਾਂ ਦੇ ਪੁੱਤਾਂ ਨੂੰ ਹੋਰ ਨਾ ਜ਼ਿੰਦਗੀਆਂ ਬਰਬਾਦ ਕਰੋ, ਘਰਾਂ ਦੇ ਘਰ ਨਾ ਉੱਜਣ ਦਿਓ। ਇਕੱਠੇ ਹੋਏ ਕਿਹੜੀ ਗੱਲ ਕਰਾਉਣਾ? ਪਹਿਲਾਂ ਤਾਂ ਮੈਂ ਸੰਗਤ ਨੂੰ ਜੀਆਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਨਸ਼ੇ ਦੇ ਸੰਬੰਧ 'ਚ ਇਕੱਠੇ ਹੋਏ ਹਾਂ, ਜੋ ਕਿ ਆਪਾਂ ਨਿੱਤ ਦੀ ਰੂਟੀਨ 'ਚ ਵੇਹਨੇ ਹਾਂ ਕਿ ਆਪਣੇ ਸ਼ਹਿਰ ਦਾ ਕੀ, ਆਪਣੇ ਜਿਹੜੇ ਸਾਰੇ ਪੰਜਾਬ ਦਾ ਇਹੀ ਹਾਲ ਹੋਇਆ ਪਿਆ ਵਾ ਚਿੱਟੇ ਦੇ ਕਾਰਨ, ਨਸ਼ੇ ਦੇ ਕਾਰਨ ਮਾਵਾਂ ਰੋਂਦੀਆਂ ਵਾ, ਭੈਣਾਂ ਜਿਨ੍ਹਾਂ ਦੇ ਸੁਭਾਗ ਉੱਜੜ ਗਏ ਆ, ਕਈਆਂ ਸਾਰੇ ਆਪਾਂ ਵੇਹਨੇ, ਕਈਆਂ ਦੇ ਘਰ ਜ਼ਮੀਨਾਂ ਜ਼ਿਆਦਾਤਰ ਰੁਲ ਗਈਆਂ ਇਹਨਾਂ ਦੇ ਕਾਰਨ, ਅਤੇ ਪਰ ਨਸ਼ੇ ਦੇ ਕੋਈ ਠੱਲ ਕਿਸੇ ਪ੍ਰਕਾਰ ਦੀ ਨਹੀਂ ਪਰੀ, ਗਲੀ ਗਲੀ ਨਸ਼ਾ ਵੇਚ ਰਿਹਾ ਵਾ। ਅਸੀਂ ਇਸ ਪ੍ਰਕਾਰ 'ਚ ਇਕੱਠੇ ਹੋਏ ਹਾਂ ਕਿ ਜਿਹੜੇ ਵੀ ਨਸ਼ਾ ਵੇਚਦੇ ਆ ਇਹ ਪੁਲਿਸ ਨੂੰ ਵੀ ਪਤਾ ਵਾ ਅਤੇ ਸ਼ਹਿਰ ਵਾਸੀਆਂ ਨੂੰ ਵੀ ਪਤਾ ਵਾ। ਅਸੀਂ ਉਹਨਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਅੱਜ ਤੋਂ ਇੱਕ ਹਫ਼ਤੇ ਦਾ ਉਹਨਾਂ ਨੂੰ ਟਾਈਮ ਆ, ਆਪਣਾ ਕਾਰੋਬਾਰ ਬੰਦ ਕਰ ਦੇਣ, ਨਹੀਂ ਤਾਂ ਅਸੀਂ ਉਹ ਲਿਸਟ ਵੀ ਜਾਰੀ ਕਰਾਂਗੇ ਪ੍ਰਸ਼ਾਸਨ ਨੂੰ ਨਾਲ ਲੈ ਕੇ, ਅਤੇ ਅਸੀਂ ਜਿਹੜੀ ਬਣਦੀ ਕਾਰਵਾਈ ਅਸੀਂ ਸਖ਼ਤ ਕਰਾਂਗੇ, ਸਖ਼ਤ ਕਾਰਵਾਈ ਕਰਾਂਗੇ। ਇਹ ਤੁਹਾਨੂੰ ਕੋਈ ਪੋਲੀਟੀਕਲ ਸਪੋਰਟ ਹੈ ਜਾਂ ਤੁਸੀਂ? ਨਹੀਂ, ਇਹ ਪੋਲੀਟੀਕਲ ਪਾਰਟੀ ਦੇ ਸੰਬੰਧ 'ਚ ਨਹੀਂ ਆ, ਇਹ ਅਸੀਂ ਆਪਣੀ ਓਪਨਿੰਗ ਕਰ ਰਹੇ ਹਾਂ। ਅਤੇ ਇਹ ਪੋਲੀਟੀਕਲ ਕਦੋਂ ਦਾ ਤੁਸੀਂ ਅਲਟੀਮੇਟਮ ਦੇਣਾ ਚਾਹੁੰਦੇ ਜੀ? ਹਾਂਜੀ, ਕਦੋਂ ਦਾ ਅਲਟੀਮੇਟਮ ਦੇਣਾ ਚਾਹੁੰਦੇ ਜੀ ਤੁਸੀਂ? ਇਹ ਪੁਲਿਸ ਨੂੰ ਜਾਂ ਕਿਸੇ ਪ੍ਰਸ਼ਾਸਨ ਨੂੰ ਆ? ਨਹੀਂ ਨਹੀਂ, ਇਹ ਆਪਣਾ ਮਾਰਾ ਹੈਗਾ, ਤਾਂ ਦੇਖੋ ਪ੍ਰਸ਼ਾਸਨ ਦੀ ਵਿੱਚ ਗਲਤੀ ਆ, ਅਣਗਹਿਲੀ ਪ੍ਰਸ਼ਾਸਨ ਦੀ ਆ, ਪ੍ਰਸ਼ਾਸਨ ਚਾਹਵੇ ਤਾਂ ਕੀ ਨਹੀਂ ਹੋ ਸਕਦਾ। ਜੇ ਪ੍ਰਸ਼ਾਸਨ ਚਾਹਵੇ, ਹੁਣ ਵੇਖ ਲਓ ਤੁਸੀਂ, ਜੇ ਅੱਗੇ ਦਿਸ਼ਾ ਆਉਂਦਾ ਸੀ ਬਾਰਡਰ ਤੋਂ ਪਾਰ, ਪਾਕਿਸਤਾਨ ਤੋਂ ਪਾਰ ਆਉਂਦਾ ਸੀ, ਹੁਣ ਇਹਨੇ ਸਖਤਾਈ ਕੀਤੀ ਆ BSF ਨੇ, ਹੁਣ ਨਸ਼ਾ ਹੋਰ ਨਹੀਂ ਦਿੱਲੀ ਬਣ ਡਿਆ ਪਿਆ ਵਾ, ਦਿੱਲੀ ਕੀ ਖੁਦ ਪੰਜਾਬ 'ਚ, ਹੁਣ ਮੈਂ ਸੁਣਿਆ ਕਿ ਪੰਜਾਬ 'ਚ ਵੀ ਬਣ ਡਿਆ ਪਿਆ ਵਾ, ਅਤੇ ਪੁਲਿਸ ਨੂੰ ਕਿਉਂ ਨਹੀਂ ਪਤਾ? ਸਾਨੂੰ ਕਿੱਦਾਂ ਲੋਕਾਂ ਤੋਂ ਪਤਾ ਲੱਗ ਜਾਂਦਾ? ਕਿਤੇ ਪੁਲਿਸ ਨੂੰ ਪਤਾ ਨਾ ਲੱਗਦਾ ਹੋਊਗਾ? ਦਿੱਲੀ ਕੇਜਰੀਵਾਲ ਕਹਿੰਦਾ ਵਾ ਕਿ ਜੀ ਮੈਂ ਆਹ ਕੰਮ ਕੀਤਾ, ਫਲਾਣਾ ਕੰਮ ਕੀਤਾ, ਜਿੰਨਾ ਨਸ਼ਾ ਦਿੱਲੀ 'ਚ ਬਣ ਰਿਹਾ ਨਾ, ਦਿੱਲੀ 'ਚ ਆਪਣੀਆਂ ਡੇਲੀ ਬੱਸਾਂ ਚੈੱਕ ਕੀਤੀਆਂ ਜਾਂਦਾ, ਡੇਲੀ ਆਉਣ ਜਾਣ ਵਾਲੀਆਂ ਟ੍ਰੇਨਾਂ ਦੇ ਬੱਸਾਂ, ਮੇਰੇ ਹਿਸਾਬ ਨਾਲ 2-2.5 ਹਜ਼ਾਰ ਬੰਦਾ ਜਿਹੜਾ ਹੀਰੋਇਨ ਲੈ ਕੇ ਆਉਂਦਾ ਫੜਿਆ ਜਾ ਸਕਦਾ ਵਾ, ਇੰਨੇ ਉੱਥੇ ਨੀਗਰੋ ਜਿਹੜਾ ਇਹ ਕੰਮ ਕਰਦੇ ਆ। ਕੇਜਰੀਵਾਲ ਬਾਕੀ ਕੰਮ 'ਤੇ ਵੇਂਦਾ, ਉਹ ਕੰਮ ਕਿਉਂ ਨਹੀਂ ਵੇਂਦਾ? ਇਹ ਆਪਣੀ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਵੇਂਦਾ ਜਦੋਂ ਬਾਰਡਰ 'ਚ ਟੱਪਦੇ ਆ, ਵੇਖਣ ਚੈਕਿੰਗ ਕਿਸੇ ਤਰੀਕੇ ਕਰਨ ਵੀ ਕਿੱਦਾਂ ਨਸ਼ਾ ਲੈ ਕੇ ਆਉਂਦੇ ਆ, ਜਾਂ ਕਿਸੇ ਤਰੀਕੇ ਉਹਨਾਂ ਨੀਗਰਾਂ ਨੂੰ ਫੜਨ ਉਹ ਦਿੱਲੀ ਪੁਲਿਸ ਨਾਲ ਰਲ ਕੇ? ਇਹ ਤੁਸੀਂ ਜਾਂ ਤਾਂ ਕਹਿ ਦੇਣ ਕਿ ਸਾਨੂੰ ਨਹੀਂ ਪਤਾ ਜੀ ਨੀਗਰੋ ਨਹੀਂ ਉੱਥੇ ਬਣਾ ਰਹੇ ਨਸ਼ਾ। ਇਹ ਤੁਸੀਂ ਯੂਥ ਨੂੰ ਜਾਗਰੂਕ ਕਰਨ ਦਾ ਮਤਲਬ ਕਰ ਰਹੇ ਹੋ? ਯੂਥ ਨੂੰ ਜਾਗਰੂਕ ਕਰਨ ਦਾ ਜੀ, ਅਸੀਂ ਤਾਂ ਕਰਕੇ ਕਿ
पीड़ी इस दलदल चो बच सके। जिहड़े मेरे वीर दलदल दे विच फसे आ वो इस दलदल चो बाहर आ सकन। बाहर आना हैगा ते एडा कोई औखा नहीं आ, ये थोड़ा मन मारना पैंदा वा, पर अपना जिहड़ा लागे चागे का माहौल आ ना, जिन्ना चिर तक ये थोड़ा सफाई ना ना करांगे बंदा घरों बाहर निकलता, दो चार दिन बाहर आ के बहने फिर वो हाल बंदा फिर उस दलदल च डिग पैंदा वा। ये आला दुआला आप सारे लोगों ने रल के साफ करना पैना, किसी मंत्री किसी ने प्रशासन वाले किसी ने नहीं करना। ये वेख ही लिया आप किनिया सरकार आई कि गई वधे आई आ घटिया नहीं। ये तुम एक हफ्ते का टाइम लिया पुलिस प्रशासन नाल लैके कार्रवाई करांगे जी।